सत श्री अकाल दोस्तों, ए के टी वी पंजाब से थोड़ा बहुत बहुत स्वागत है। मैं अमृतपाल सिंह, अज आप आए हैं माण बठिंडे वाले कोले ते भरा नाल करदे आं गलबात। सत श्री अकाल बई जी। सत श्री अकाल। ते होर की हाल चाल है बई, किवें चलदी है जिंदगी? बहुत वधिया वीर, नज़ारे बई। ते अपना बई पक्का नाम की है माण तेरा वीरे? पक्का नाम मेरा हरप्रीत सिंह माण है। हरप्रीत सिंह। ते पिंड क रमन रामन वास राम निवास राम निवास ਤੇ ਇਹ ਬਈ ਮੋੜ ਮੋੜ ਚ ਪੈ ਜਾਂਦਾ? ਹਾਂ ਹਾਂ, ਹਲਕਾ ਮੋੜ ਚ। ਤੇ ਹੋਰ ਬੂਟਾ ਬੂਟਾ ਦਾ ਮਾਹੌਲ ਕਿਵੇਂ ਨਿਕਲਿਆ ਪਿਛਲਾ ਬਈ? ਬਹੁਤ ਵਧੀਆ, ਸੁੱਖ ਸ਼ਾਂਤੀ ਰਹੀ ਬਈ। ਵਧੀਆ ਨਿਕਲਿਆ। ਕੀ ਬੂਟਾਂ ਦਾ ਕਿਹਦਾ ਲੱਗਦਾ ਬਈ? ਜ਼ਿਆਦਾ ਤੁਹਾਡੀ ਏਰੀਆ ਚ ਮੋੜ ਹਲਕੇ ਚ ਕਿਹਦਾ ਜ਼ਿਆਦਾ ਲੱਗਿਆ ਪ੍ਰਭਾਵ ਕਿਹਦਾ ਵੱਧਦਾ? ਮੈਨੂੰ ਤਾਂ ਲੱਗਦਾ ਲੱਖੇ ਸਦਾਨੇ ਦਾ ਬਈ। ਕੱਢ ਜੂਗਾ ਬਈ ਸ਼ੀਟ ਲੱਖਾਂ ਦਾ ਦਾਣਾ? ਦੇਖੋ ਬਈ, ਲੱਗ ਜੂ ਦਸ ਦਸ ਪੰਦਰਾਂ ਦਿਨਾਂ ਲੱਗ ਜੂ ਪਤਾ। ਹੁਣ ਤਾਂ ਕੀ ਕਹਿ ਸਕਦੇ ਹੁਣ ਤਾਂ। ਤੇ ਹੋਰ ਬਾਈ ਜੀ, ਹੁਣ ਇੱਕ ਆਪਣਾ ਮੰਨ ਕੇ ਚੱਲੋ, ਉਦੋਂ ਪਿੱਛੇ ਨਰਮਿਆਂ ਵੇਲੇ ਗੁਲਾਬੀ ਸੁੰਡੀ ਦਾ ਮੁੱਦਾ ਬਾਈ ਤੁਸੀਂ ਚੱਕਿਆ ਸੀ, ਹੈ ਨਾ? ਅਤੇ ਉਦੋਂ ਇਹਨੇ ਆਪਣੇ ਜਿਹੜੇ ਆ ਸੀਗੇ ਬੀਜਾਂ ਵਾਲੇ, ਇਹਨਾਂ ਨੇ ਪਰਚਾ ਵਗੈਰਾ ਵੀ ਦੇ ਤਾ ਮੇਰੇ ਪਿੰਡ ਵੀ ਤੁਸੀਂ ਵੀਡੀਓ ਬਣਾ ਕੇ ਗਏ। ਉਹ ਜੱਜਲ ਵਾਲੀ ਵੀਡੀਓ 'ਚ ਹੋਇਆ ਸੀ, ਹੈ ਨਾ? ਹਾਂ, ਜੱਜਲ ਪਿੰਡ ਤੇ ਸੀ ਕਿਸਾਨ। ਉਹਦਾ ਭਰਾ ਉਦੋਂ ਜਜ਼ਬਾਤੀ ਵੀ ਹੋ ਗਿਆ ਸੀ ਵੀਡੀਓ 'ਚ ਮੇਰੇ ਖਿਆਲ। ਅਤੇ ਉਹ ਪਰਚੇ ਤਾਂ ਕਿਵੇਂ ਬਾਈ ਨਿਬੜ ਗਿਆ ਸੀਗਾ ਭੁਪਿੰਦਰ ਕੋਲੇ? ਨਹੀਂ, ਪਰਚਾ ਤਾਂ ਬਾਈ ਫਿਰ ਰਾਜ਼ੀਨਾਮਾ ਹੋ ਗਿਆ ਸੀ। ਅਸਲ ਦੇ ਵਿੱਚ ਬਾਈ ਕੀ ਹੋਇਆ ਨਾ, ਉਹ ਕੁਛ ਕੁ ਬੰਦੇ ਜਿਹੜੇ ਮੇਰੇ ਤੇ ਲੱਗਣ ਵਾਲੇ ਸੀਗੇ, ਜਿਹੜੇ ਲੱਭਦੇ ਫਿਰਦੇ ਸੀ ਵੀ ਕਦੋਂ ਇਹ ਲੋਟ ਆਵੇ ਸਾਲਾ, ਉਹ ਬੰਦਿਆਂ ਨੇ ਗੱਲ ਚੱਕੀ। ਨਾ ਤਾਂ ਉਹ ਕਿਸਾਨ ਸੀ, ਨਾ ਉਹ ਪੈਸਟੀਸਾਈਡ ਵਾਲੇ ਸੀ, ਉਹ ਇੱਕ ਰਾਜਨੀਤੀ ਵਾਲੇ ਬੰਦੇ ਜੇ ਸੀਗੇ। ਉਹਨਾਂ ਨੇ ਉਹ ਉੱਨੀ ਕੁ ਵੀਡੀਓ ਕੱਟੀ ਚਲਾਈ ਅਤੇ ਉਹਨਾਂ ਨੂੰ ਸੱਦ ਕੇ, ਪੰਜ ਚਾਰ ਨੂੰ ਜਾਣਦੇ ਉਹਨਾਂ ਨੂੰ ਸੱਦ ਕੇ, ਜਿਹਨੂੰ ਉਂਗਲ ਕਹਿੰਦੇ ਹੁੰਦੇ ਆਪਾਂ ਪੰਜਾਬੀ 'ਚ, ਉਂਗਲਾਂ ਲਾਈਆਂ ਅਤੇ ਉਹਨਾਂ ਨੇ ਰਾਮੇ ਥਾਣੇ 'ਚ ਰਾਵਟ ਦਿੱਤੀ। ਫਿਰ ਉਹਨਾਂ ਨੇ ਮੇਰਾ ਜਲੂਸ ਕੱਢਣ ਦੀ ਪੂਰੀ ਕੋਸ਼ਿਸ਼ ਕਰੀ, ਅਖਬਾਰਾਂ 'ਚ ਖਬਰਾਂ ਵੀ ਲਵਾਈਆਂ, ਹੋਰ ਬੜਾ ਕੁਛ ਕੀਤਾ। ਅਤੇ ਉੱਥੇ ਫਿਰ ਬਾਈ ਜਦੋਂ ਤੁਹਾਡੇ ਨਾਲ ਦੇ ਬੰਦੇ, ਤੁਹਾਡੇ ਨੇੜਲੇ ਬੰਦੇ ਕਹਿੰਦੇ ਦਿੰਦੇ ਆ ਵੀ ਯਾਰ ਤੁਸੀਂ ਇਹ ਨਹੀਂ ਕਰਨਾ, ਆਹ ਕਰੋ, ਵੀ ਤੁਸੀਂ ਮਾਫ਼ੀ ਮੰਗ ਲਓ, ਅਤੇ ਜੇ ਤੂੰ ਨਹੀਂ ਸਾਡੇ ਆਖੇ ਲੱਗਦਾ ਤਾਂ ਯਾਰ ਫਿਰ ਸਾਨੂੰ ਨਾ ਬੁਲਾਈ, ਬੁਲਾਨਾ ਤਾਂ ਕਹੋ। ਕੁਛ ਕੁ ਟਾਈਮ ਹੀ ਹੁੰਦਾ ਤੁਹਾਡੇ ਕੋਲ ਸੋਚਣ ਦਾ, ਤੁਸੀਂ ਕੀ ਡਿਸੀਜਨ ਲੈਂਦੇ ਹੋ, ਹੈ ਨਾ? ਅਤੇ ਚਲੋ ਕਿਵੇਂ ਕਰਕੇ ਆਪਾਂ ਨਿਬੇੜ ਲਓ। ਜੇਕਰ ਬਾਈ ਤੁਸੀਂ ਮੁੱਦਾ ਚੱਕਿਆ ਇਹ ਵੀਡੀਓ ਬਣਾਈ, ਹੈ ਨਾ, ਥੋੜ੍ਹਾ ਜਿਹਾ ਆਪਾਂ ਕਿਹਾ ਮਾਹੌਲ, ਚਲੋ ਰਾਮੇ ਥਾਣੇ ਜਦੋਂ ਧਰਨਾ ਵਗੈਰਾ ਵੀ ਲੱਗਿਆ, ਅਤੇ ਮੁਆਵਜ਼ਾ ਵੀ ਤਾਂ ਬਾਈ ਫਿਰ ਹੁਣ ਲੋਕਾਂ ਨੂੰ ਮਿਲਿਆ ਹੀ ਆ, ਹੈ ਨਾ? ਜੇਕਰ ਕਿਸੇ ਪਾਸੋਂ ਕੋਈ ਮਾੜੀ ਮੋਟੀ ਗੱਲ 'ਤੇ ਚਗਿਆਰੀ ਲੱਗੀ ਤਾਂ ਫਿਰ ਹੀ ਮੁਆਵਜ਼ਾ ਮਿਲਿਆ। ਹਾਂ ਬਾਈ, ਆਪਾਂ ਇੰਨਾ ਕੁ ਮੁੱਦਾ ਉਭਾਰਤਾ ਸੀ ਉਹ, ਵੀ ਚੰਨੀ ਮੁੱਖ ਮੰਤਰੀ ਉਦੋਂ ਬਣਿਆ ਬਣਿਆ ਸੀ, ਖੁਦ ਤੁਹਾਡੇ ਪਿੰਡਾਂ 'ਚ ਆ ਕੇ ਗਿਆ, ਹੈ ਨਾ, ਅਤੇ ਸੁਖਬੀਰ ਬਾਦਲ ਵੀ ਆਇਆ, ਪਰ ਮੈਂ ਪੱਲਿਓਂ ਤੇਲ ਵੀ ਫੂਕਿਆ, ਕੋਈ ਇੱਕ ਬੰਦਾ ਕਹਿ ਦੇ, ਹੈ ਨਾ, ਵੀ ਜਾਂ ਇਹਨੇ ਮੈਥੋਂ ਕੋਈ ਪੈਸੇ ਲੈ ਲਏ ਜਾਂ ਮੇਰੇ ਸਦ ਤੇਲ ਪਵਾ ਲਿਆ ਜਾਂ ਹੋਰ ਗੱਲਬਾਤ। ਅਤੇ ਮੈਨੂੰ ਦੁੱਖ ਜਿਹੜੀ ਗੱਲ ਆ ਵੀ ਇੱਕ ਵੀ ਬੰਦੇ ਦਾ ਫੋਨ ਨਹੀਂ ਆਇਆ ਬਾਈ, ਧੰਨਵਾਦ ਯਾਰ। ਦੋ ਦੋ ਲੱਖ, ਡੇਢ ਡੇਢ ਲੱਖ ਕਿਸੇ ਨੂੰ ਕਿੰਨਾ ਕਿੰਨਾ ਮੁਆਵਜ਼ਾ ਵੀ ਮਿਲ ਗਿਆ, ਪਰ ਇਹ ਦੁਨੀਆਦਾਰੀ ਇਹੋ ਜਿਹੀ ਹੈ, ਤੁਹਾਨੂੰ ਬੜਾ ਕੁਛ ਕਿਉਂ ਦੀ ਹੈ। ਅਤੇ ਬਾਈ ਜੀ, ਜੇਕਰ ਤੁਹਾਡੀ ਨਿੱਜੀ ਜ਼ਿੰਦਗੀ ਬਾਰੇ ਗੱਲ ਕਰੀਏ ਤਾਂ ਪੜ੍ਹਾਈ ਵਗੈਰਾ ਬਾਈ ਕਿੱਥੋਂ ਕੀਤੀ ਹੈ, ਕਿੰਨੀ ਕੀਤੀ ਆ? ਪੜ੍ਹਾਈ ਤਾਂ ਬਾਈ ਪਲੱਸ ਟੂ ਤੋਂ ਬਾਅਦ ਮੈਂ ਡਿਪਲੋਮਾ ਜਿਹਾ ਕੀਤਾ, ਬੀ ਏ ਮੇਰੀ ਅੱਧ ਵਿਚਾਲੇ ਰਹਿ ਗਈ ਸੀਗੀ। ਅੱਛਾ ਬਾਈ ਜੀ। ਹਾਂ, ਅਤੇ ਮੇਰੇ ਡੈਡੀ ਦੀ ਡੈਥ ਹੋ ਗਈ ਸੀ। ਅੱਛਾ ਬਾਈ। ਮੈਂ ਉਦੋਂ ਤਕਰੀਬਨ 12-13 ਕੁ ਸਾਲਾਂ ਦਾ ਹੋਊਂਗਾ। ਉਦੋਂ ਬਾਅਦ ਘਰ ਦੀ ਸਥਿਤੀ, ਉਹਨਾਂ ਦੇ ਬਿਮਾਰ ਹੋਣ ਕਰਕੇ ਪੈਸੇ ਪੂਸੇ ਕਾਫੀ ਲੱਗ ਗਏ, ਘਰ ਦੀ ਸਥਿਤੀ ਡਾਊਨ ਹੋ ਗਈ, ਕੋਈ ਵੀ ਚੰਗੀ ਕਾਲਜਾਂ ਕੋਲ ਜਿਹੜੇ ਪੜ੍ਹਨ ਵਾਲੇ ਹੈ ਨਹੀਂ ਸੀ, ਬਸ ਹੌਲੀ ਹੌਲੀ ਤਾਂ ਕਰਕੇ। ਪਿਓ ਤਾਂ ਬਾਈ ਇੱਕ ਕਹਿੰਦੇ ਹੁੰਦਾ ਇੱਕ ਮੁੱਢ ਹੁੰਦਾ, ਹੈ ਨਾ, ਆਪਣੇ ਪਰਿਵਾਰ ਦਾ, ਅਤੇ ਉਹ ਵੀ ਚਲਾ ਜਾਵੇ ਤਾਂ ਫਿਰ ਔਖਾ ਬਹੁਤ ਹੋ ਜਾਂਦਾ। ਬਿਲਕੁਲ ਬਾਈ, ਪਿਓ ਦੇ ਸਿਰ 'ਤੇ ਕੋਈ ਫਿਕਰ ਨਹੀਂ ਹੁੰਦਾ, ਆਪਾਂ ਤਾਂ ਉਹ ਚੀਜ਼ ਮਾਣੀ ਨਹੀਂ, ਪਰ ਜਿਵੇਂ ਸੁਣਦੇ ਹਾਂ ਜਾਂ ਦੇਖਦੇ ਹਾਂ ਲੋਕਾਂ ਨੂੰ, ਹੈ ਨਾ, ਉਹ ਫੇਰ ਸੁਣਨ ਮਹਿਸੂਸ ਹੁੰਦਾ, ਫਿਰ ਮਹਿਸੂਸ ਹੁੰਦੀ ਆ ਉਹ ਚੀਜ਼। ਮਾਣ ਵੀਰੇ, ਆਪਣਾ ਜਿਹੜਾ ਨਿੱਜੀ ਕਿੱਤਾ ਉਹ ਖੇਤੀਬਾੜੀ ਆ ਕਿ ਇੱਧਰ ਬਸ ਕਲਾ ਸੋਸ਼ਲ ਮੀਡੀਆ 'ਚ ਹੀ ਚੱਲਦਾ ਹੁਣ? ਬਸ ਵੀਰੇ, ਹੁਣ ਤਾਂ ਸੋਸ਼ਲ ਮੀਡੀਆ ਕਹਿ ਸਕਦੇ ਹਾਂ, ਖੇਤੀਬਾੜੀ ਕਰਦਾ, ਪਰਿਵਾਰ ਕਰਦਾ, ਮੇਰਾ ਬਰਾਦਰ ਕਰਦਾ। ਅੱਛਾ ਬਾਈ ਜੀ। ਜੁਆਇੰਟ ਫੈਮਿਲੀ ਮੇਰੇ ਚਾਚਾ ਨਾਲ ਹੈ, ਇਕੱਠੇ ਹਾਂ ਅਸੀਂ। ਅੱਛਾ ਬਾਈ। ਅਤੇ ਉਹ ਖੇਤੀ ਕਰਦੇ ਆ, ਅਤੇ ਆਪਾਂ ਹੁਣ ਇੱਧਰ। ਅਤੇ ਇਹ ਬਾਈ ਸੋਸ਼ਲ ਮੀਡੀਆ 'ਚ ਇੱਧਰਲਾ ਮੂਡ ਕਿਵੇਂ ਪਿਆ ਜ਼ਿੰਦਗੀ 'ਚ? ਬਸ ਉਹੀ ਬਾਈ, ਸ਼ੌਂਕ ਸ਼ੌਂਕ 'ਚ ਕਿੱਤਾ ਬਣ ਗਿਆ। ਪਹਿਲਾਂ ਸ਼ੌਂਕ ਸੀ, ਜਿਵੇਂ ਫੇਸਬੁੱਕ ਆਈ ਸੀ, ਕਿਸੇ ਨੇ ਅਕਾਊਂਟ ਬਣਾ ਕੇ ਦੇ ਤਾ, ਉਦੋਂ ਫੋਟੋਆਂ ਪਾਈ ਜਾਂਦੇ, ਤਾਂ ਹੌਲੀ ਹੌਲੀ ਜਿਵੇਂ ਜਿਵੇਂ ਐਪਲੀਕੇਸ਼ਨ ਆਈ ਗਈਆਂ, ਹੈ ਨਾ, ਲਾਈਵ ਵਾਲੀ ਐਪਲੀਕੇਸ਼ਨ ਆ ਗਈ, ਲਾਈਵ ਹੋਣ ਲੱਗ ਗਏ, ਹੌਲੀ ਹੌਲੀ ਲਾਈਵ ਵਾਲਾ ਕੰਮ ਚੱਲ ਪਿਆ। ਹਾਂਜੀ। ਅਤੇ ਹੋਰ ਬਾਈ ਜੀ, ਆਪਣੀ ਨਿੱਜੀ ਜ਼ਿੰਦਗੀ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ?
हालात देखे फिर असीं एक पिंड होर गए वो वीडियो देख के सानू अलग अलग पिंड फोन आने लग गए फिर मैं अटैक ही ना सी भाई कोई भी टिंडा भरते खादा पिया एक ना आप किसान पुतों बड़ा दुख कढ़ाया नरमे मान लो 97-98 तो पहला बड़े लोगों की जमीन विकी नरमे होंगे नहीं सी है ना यही स्प्रे हो जाए नरमे उदू बद बाबा दुखी सी बाबा रो रहा मैं बाबे ने पुछ लिया बाबा कोई कंपनी आले ने किसी ने गेड़ा मारिया जिवें मुंडे पिंड च आउंदे आ बाबे दे शब्द ये भी दुनियादारी सौ कम चंगा कर दो जिद एक गलती ना माड़ा हो गया बंद ने बहुत साथ दिता तेरे पिंड गाशी अर्गे बेचारे जिथे सादे से आंदे सी सुखवीर अर्गे मुंडा एक मौड़ है तेरे पिंडो कई बंद ने साथ दिता कई ने तो बात भी नहीं पुछी बई कई बार जो फिर बंदा लोट आया होंदा होंदा है ना उदो जो लगन आले होंगे वह भी कहें भी हुण मौका है ना भी माज लो साले नूं ते ये गल हो जाती है ये परमात्मा बस किसी से माड़ा टाइम ना लिया उदो जो यहोजा कुछ होंदा उदो थोड़ा दिमाग नहीं कम करता क्योंकि आप कहते हैं भी वाले कोई तेज तरार बंदे है ना जां प्रोफेशनल बंदे आ सादी गल करन वाले मूहरे तुसीं तां मूहरे रखी सी गल बिलकुल साडा तां परिवार ही यहोजा जे कोई यहोजी गल आउंदी है तां फिर शिकर पैंदे आ बई तू की लैणा सी लोकां दे नरमे ढिलो वर्गे मेरी गाशी पहला इन्हां नाल गल हो गई थोड़े पिंड मुंडिया नाल उदू बाद मैं ही इन्हां नूं फोन करिया सी असल च मैं बठिंडे सी उस टाइम इत्थे धरना लाया होया सी जिहड़ा अपना सारे कि हाल क्यों ना दो चार दिन ला के क्योंकि मीडिया तो उदो रुझा हुआ सी चन्नी साहब नूं मुख्यमंत्री मीडिया तो यह चीज मूहरे रख ही नहीं रहा सी ना भाई किसान की गल मीडिया कदे भी नहीं करता भाई कदे नहीं करता कोई हो सकता अपने अरगाम किस आम घर दी पत कोई कदी अखबार च खबर ला दे अखबार भाई हुण कौन पढ़दा अखबार कोई नहीं पढ़दा ओ मुद्दा उठाया सी आपदे किसान भरावां वास्ते है ना मुआवजा मिलना चाहिए धरने भी लाए कम भी छड्डिया आ जिहड़ा नाम दिता ओ वखरा एक लोक भाई अपनियां फेक आईडियां बनाई बैठे आ लोक लगे हुए उन्हां नूं ਹੁਣ ਵੀ ਕਮੈਂਟ ਕਰ ਦਿੰਦੇ ਆ ਬਈ ਉੱਠੇ ਸਿੱਧੇ ਤੂੰ ਮਾਫੀ ਮੰਗ ਗਿਆ ਸੀ ਤੂੰ ਐਂ ਹੋ ਗਿਆ ਫਲਾਣਾ ਧੋਖਾ ਹੋ ਗਿਆ ਯਾਰ ਜੇ ਤੁਸੀਂ ਆਪਦੇ ਪਿਓ ਦੇ ਪੁੱਤ ਰਿਜਨਲ ਆਈਡੀ ਤੋਂ ਗੱਲ ਕਰੋ
ਦੁਨੀਆਦਾਰੀ ਦੇ ਵਿਚ ਮੰਨ ਲੋ ਗ੍ਰਹਿਸਥੀ ਜੀਵਨ ਵਾਲਾ ਬੰਦਾ ਉਹਨੂੰ ਬਾਲੀਆਂ ਪ੍ਰੋਬਲਮ ਆਉਂਦੀਆਂ ਉਹਦੇ ਤੇ ਬੱਚਿਆਂ ਨੂੰ ਵੀ ਇੰਨਾ ਚ ਕਹਿਣ ਲੱਗੇ ਨਾਲ ਦੇ ਜਵਾਕ ਕਿਉਂਕਿ ਸਾਰੇ ਕਿਤੇ ਮੀਡੀਆ ਤੇ ਗੱਲ ਫੈਲ ਗਈ ਤੇਰੇ ਪਾਪੇ ਦੇ ਪਰਚਾ ਪੈ ਗਿਆ ਲੈ ਚੰਗਾ ਕਰੀ ਜਾਂਦਾ ਓਨਾ ਚਿਰ ਤਾਂ ਠੀਕ ਹੈ ਹਨਾ ਤੇ ਐਵੇਂ ਚੁੱਕਰੀ ਆਪਾਂ ਗੱਲ ਕਰੀਏ ਦੀਪ ਵੀਰੇ ਦੀ ਤਾਂ ਤੋਂ ਪਹਿਲਾਂ ਤੇ ਉਦੋਂ ਬਾਈ ਜਦੋਂ ਉਹਨੇ ਕਿਹਦੇ ਲਈ ਆਪਣੇ ਲਈ ਉੱਥੇ ਗਿਆ ਚੱਲ ਉਹਨੇ ਨਿਸ਼ਾਨ ਸਾਹਿਬ ਉੱਥੇ ਚੜ੍ਹਾ ਵੀ ਦਿੱਤਾ ਕੋਈ ਜਿਹੜਾ ਤਿਰੰਗਾ ਸੀਗਾ ਉਹਦੀ ਕੋਈ ਬੇਅਦਬੀ ਵਾਲੀ ਉਹੀ ਲੋਕ ਗੱਲ ਭੋਗਤੇ ਜਿਹੜੇ ਉਹਨੂੰ ਕਹਿੰਦੇ ਸੀ ਮਾੜਾ ਕਹਿੰਦੇ ਸੀ ਤੇ ਉਸ ਦੀਪ ਬਾਈ ਤੇ ਇੱਕ ਇਹੋ ਜਿਹਾ ਟਾਈਮ ਆ ਗਿਆ ਸੀਗਾ ਚਲੋ ਆਪਾਂ ਬੇਸ਼ੱਕ ਮੈਂ ਵੀ ਸ਼ੱਕ ਦੇ ਘੇਰੇ ਚ ਸੀ ਜਦੋਂ ਉਹਨੂੰ ਆਰ ਐਸ ਦਾ ਦੱਲਾ ਕਹਿੰਦੇ ਸੀ ਦਲਾਲ ਕਹਿੰਦੇ ਸੀ ਉਹਨੂੰ ਗਦਾਰ ਕਹਿੰਦੇ ਸੀ ਆਪਾਂ ਵੀ ਸ਼ੱਕ ਵੀ ਕਿਤੇ ਨਾ ਕਿਤੇ ਯਾਰ ਵੀ ਬੰਦਾ ਬੰਬੇ ਤੋਂ ਆਇਆ ਆਪਾਂ ਹੋ ਸਕਦਾ ਆਪਾਂ ਪਰ ਜੇ ਆਪਾਂ ਨੂੰ ਚੰਗਾ ਨਹੀਂ ਕਿਹਾ ਤਾਂ ਮਾੜਾ ਵੀ ਨਹੀਂ ਕਿਹਾ ਹਨਾ ਤੇ ਦੀਪ ਬਾਈ ਤਾਂ ਇਹੋ ਜਿਹਾ ਟਾਈਮ ਆ ਗਿਆ ਸੀ ਇੱਕ ਵਾਰੀ ਵੀ ਜਦੋਂ ਜੇਲੋਂ ਆਇਆ ਉਹਦੇ ਜਿਹੜੇ ਸਾਥੀ ਦਸ ਕੁ ਬੰਦੇ ਦਸ ਪੰਦਰਾਂ ਬੰਦੇ ਸਾਥੀ ਸੀ ਨਾ ਜਿਹਨਾਂ ਨੂੰ ਉਹ ਬਾਕੀ ਸਾਰੇ ਤੋਂ ਦੁਸ਼ਮਣੀ ਸੀ ਉਹ ਟਾਈਮ ਤੇ ਉਹ ਵੀ ਉਹਦਾ ਨੰਬਰ ਬਲੌਕ 'ਚ ਪਾ ਗਏ ਸੀ ਬਾਈ ਤੇ ਬਾਈ ਨਾ ਮੋਹਾਲੀ ਘਰ ਲੈਣਾ ਚਾਹੁੰਦਾ ਸੀ ਬਰਾਬਰ ਖੜ ਜੇ ਇਹ ਲੋਕਾਂ ਦਾ ਕਿਸੇ ਨੇ ਭੇਤ ਨੀ ਪਾਇਆ ਬਾਈ ਤੇ ਉਦੋਂ ਕੋਟਲੀ ਵੀ ਜਿਹੜਾ ਰਾਮਪੁਰਾ ਸੀਟ ਤੇ ਰਾਮਪੁਰਾ ਤੇ ਕਹੀ ਜਾਂਦਾ ਗਿੱਦੜਵਾ ਸੀਟ ਤੇ ਉੱਠਿਆ ਕੋਟਲੀ ਵੀ ਉਦੋਂ ਨਾਲ ਹੀ ਸੀਗਾ ਬਾਈ ਉੱਥੇ ਹਨਾ ਜਦੋਂ ਪੁਲਿਸ ਸਟੇਸ਼ਨ ਚ ਉਹ ਕੀਤਾ ਤੇ ਕਿਵੇਂ ਬਾਈ ਪਰ ਤੁਹਾਡਾ ਮੈਨੂੰ ਇਹ ਗੱਲ ਪ੍ਰੋਪਰ ਕਲੀਅਰ ਕਰੋ ਵੀ ਇਹਨਾਂ ਨੇ ਕਿਉਂ ਪਿੱਛਾ ਕਿਉਂ ਤੱਕਿਆ ਬਾਈ ਦੱਸਦਾ ਜੀ ਉਸ ਟਾਈਮ ਜਦੋਂ ਇੱਥੇ ਥਾਣੇ ਦੇ ਵਿੱਚ ਰਾਬਟ ਹੁੰਦੀ ਹੈ ਮੈਂ ਉਸ ਟਾਈਮ ਯੂਪੀ ਸੀਗਾ ਅਸੀਂ ਆਪਦੀ ਕਾਰ ਤੇ ਗਏ ਸੀ ਮੈਂ ਤੇ ਮੇਰਾ ਕਜ਼ਨ ਤੇ ਸਾਨੂੰ ਪਿੱਛੋਂ ਫੋਨ ਜਾਂਦਾ ਥਾਣੇ 'ਚ ਭਾਈ ਮਹਾਈ ਮੈਂ ਦੋ ਦਿਨ ਰੁਕ ਕੇ ਆਊਂਗਾ ਮੈਂ ਯੂਪੀ 'ਚ ਉੱਥੇ ਸਾਨੂੰ ਉੱਥੇ ਗੁਰੂ ਘਰ ਬਣਿਆ ਹੋਇਆ ਗਵਾਲੀਅਰ ਇਸ ਤਰ੍ਹਾਂ ਹੀ ਬੈਠਾ ਕੋਟਲੀ ਮਿਲ ਗਿਆ ਚਲੋ ਉਹਨਾਂ ਉਹਨੂੰ ਸਾਰੇ ਜਾਣਦੇ ਸਾਰੇ ਆਪਾਂ ਜਾਣਦੇ ਬੁਲਾ ਲਿਆ ਆਪਾਂ ਹੋਰ ਮੈਨੂੰ ਕਹਿੰਦਾ ਮੈਂ ਕਦੋਂ ਪਿੰਡ ਨੂੰ ਮੁੜਨਾ ਕੀ ਮਹਾਂ ਯਾਰ ਮੈਂ ਤਾਂ ਜਲਦੀ ਮੁੜੂੰਗਾ ਤੇ ਐਂ ਕਰਕੇ ਥਾਣੇ 'ਚ ਰਾਬਟ ਜੀ ਹੋ ਗਈ ਯਾਰ ਕੋਟਲੀ ਤੈਨੂੰ ਪਤਾ ਜਿਹੜੇ ਲੋਕ ਮੁੱਦੇ ਭਾਲਦੇ ਹੁੰਦੇ ਆ ਕਹਿੰਦਾ ਵੀ ਆਪਾਂ ਥਾਣੇ ਨਹੀਂ ਜਾਣਾ ਆਪਾਂ ਧਰਨਾ ਲਾ ਦਾਂਗੇ ਆਪਾਂ ਕਰਦੇ ਬਹੁ ਕਰਦੇ ਆਂਗੇ ਉਹ ਲਾਲਚ ਦਾ ਸੀ ਉਹਨੂੰ ਮੇਰੇ ਨਾਲ ਕਾਰ ਤੇ ਚੜ੍ਹ ਕੇ ਮੈਨੂੰ ਲੱਗਦਾ ਪਿੰਡ ਆਉਣ ਦਾ ਟ੍ਰੇਨ ਟਰੂਨ ਤੇ ਗਿਆ ਸੀ ਤੇ ਪਤਾ ਨੀ ਰੱਬ ਜਾਣੇ ਇਹੀ ਮਰਸਾ ਹੋ ਸਕਦੀ ਆ ਉਹਦੀ ਤੇ ਕਹਿੰਦਾ ਵੀ ਆਪਾਂ ਇਕੱਠੇ ਚੱਲਾਂਗੇ ਤੇ ਮੈਂ ਤੇਰੇ ਨਾਲ ਕਰ ਦੋ ਬਹੁ ਕਰ ਦੋ ਤੇ ਸਾਡੇ ਨਾਲ ਆ ਗਿਆ ਅਸੀਂ ਰਾਤੇ ਰਾਤ ਗੱਡੀ ਪਿੰਡ ਲਾਤੀ ਸਾਡੇ ਨਾਲ ਹੀ ਪਿੰਡ ਘੁੰਮਦਾ ਉੱਥੇ ਦੇ ਨਾਨਕੇ ਆ ਉੱਥੇ ਗਿਆ ਨਹਾਤਾ ਧੋਤਾ ਮੈਨੂੰ ਫੋਨ ਕਰਿਆ ਮੈਂ ਬਈ ਆਪਾਂ ਜਾਣਾ ਉੱਥੇ ਕਹਿੰਦਾ ਚੱਲਦੇ ਹਾਂ ਗਿਆ ਨਾਲ ਆਪਾਂ ਜਿਹੜੇ ਦਾਸੀ ਵਰਗੇ ਹੋਰ ਮੁੰਡੇ ਸੀਗੇ ਉਹਨਾਂ ਨੂੰ ਫੋਨ ਮਾਰਤਾ ਵੀ ਆਓ ਜਿੰਨੇ ਭਰਾ ਪਿਆਰ ਕਰਦੇ ਸੀ ਉੱਥੇ ਆ ਗਏ ਉਸ ਦਿਨ ਕੁਦਰਤੀ ਉੱਥੇ ਐਸ ਐਚ ਓ ਸਾਹਿਬ ਹੈ ਨਹੀਂ ਸੀਗੇ ਅਤੇ ਅਸੀਂ ਉੱਥੇ ਆਪਦਾ ਜਿਹੜਾ ਕਰਕੇ ਜੇ ਮੁੜੇ ਦੂਜਾ ਦਿਨ ਸ਼ਾਇਦ ਲੰਘਦਾ ਹਾਂ ਦੂਜੇ ਦਿਨ ਲਾਤੀ ਮੈਨੂੰ ਬੜੇ ਲੋਕ ਕਹਿੰਦੇ ਯਾਰ ਤੂੰ ਮਾਫ਼ੀ ਮੰਗਲਾ ਦੋ ਸ਼ਬਦ ਕਹਿਦੇ ਉਹ 700-800 ਜਾਣਾ ਇੱਥੇ ਐਸ ਐਸ ਪੀ ਦਫ਼ਤਰ ਬਹਿ ਗਿਆ ਧਰਨਾ ਲਾ ਕੇ ਆਹ ਹੋਜੂ ਬਹੁ ਹੋਜੂ ਫਲਾਨਾ ਹੋਜੂ ਅਤੇ ਕੋਈ ਕਿਵੇਂ ਕਹਿੰਦਾ ਸੀ ਕੋਈ ਕਿਵੇਂ ਮੈਂ ਕੋਟਲੀ ਨੂੰ ਹਾਲਾਂਕਿ ਫੋਨ ਵੀ ਕਰਿਆ ਮੈਂ ਯਾਰ ਕੋਟਲੀ ਮੈਨੂੰ ਐਂ ਕਹਿੰਦੇ ਆ ਵੀ ਤੂੰ ਨਿਬੇੜ ਲਾ ਅਤੇ ਕਹਿੰਦਾ ਬਾਈ ਠੀਕ ਆ ਨਿਬੇੜ ਲਾ ਮੈਂ ਕਸਮ ਖਾ ਕੇ ਗੱਲ ਕਹਿਣਾ ਕਹਿੰਦਾ ਬਾਈ ਠੀਕ ਆ ਮੈਨੂੰ ਪਿਆਰ ਨਾ ਕਹਿ ਚਲੋ ਮੇਰੇ ਆਪ ਦੇ ਢਿੱਲ ਵਰਗੇ ਉਹ ਵੀ ਕਹਿੰਦੇ ਵੀ ਯਾਰ ਜਵਾਨ ਹੋ ਗਈ ਹੁਣ ਅਸੀਂ ਕਹੇ ਤਾਂ ਆਪਦਾ ਕੋਈ ਨਾ ਫਲਾਨਾ ਧੋਕਾ ਵਿੱਚ ਬੰਦੇ ਸਾਰੇ ਚਲੋ ਬਾਈ ਜਿਵੇਂ ਵੀ ਹੋ ਗਿਆ ਹਨਾ ਕੁਛ ਉਹ ਵੀ ਜ਼ਿਆਦਾ ਧੱਕਾ ਕਰ ਗਏ ਉਸ ਮੌਕੇ 'ਤੇ ਪਹਿਲਾਂ ਤਾਂ ਕਿਹਾ ਸੀ ਵੀ ਸਾਡੇ ਦੋ ਬੰਦਿਆਂ ਨਾਲ ਆ ਕੇ ਗੱਲ ਕਰ ਲਈ ਫਿਰ ਉਹ 10 ਬੰਦੇ ਹੋ ਗਏ ਫਿਰ ਉਹ ਐਂ ਜੇ ਚਲੋ ਚਲੋ ਉੱਥੇ ਐਂ ਜਦੋਂ ਆਪਾਂ ਉਸ ਵੱਲ ਨੂੰ ਤੁਰ ਪੈ ਹੁੰਦਾ ਵੀ ਚਲੋ ਖੇੜਾ ਛਡਾਓ ਹਨਾ ਅਤੇ ਉਸ ਤੋਂ ਬਾਅਦ ਦੂਜੇ ਦਿਨ ਕੋਟਲੀ ਲੈਬ ਹੁੰਦਾ ਹੈ ਜੀ ਮੈਂ ਉਹਦੇ ਨਾਲ ਖੜਾ ਸੀ ਇਹਦੀਆਂ ਲੱਤਾਂ ਬਾਹਰ ਨਹੀਂ ਝੱਲਦੀਆਂ ਹੁਣ ਮੈਂ ਕੋਟਲੀ ਨੂੰ ਤੁਹਾਡੇ ਮਾਧਿਅਮ ਰਾਹੀਂ ਕਹਿਣਾ ਚਾਹੁੰਦਾ ਵੀ ਕੋਟਲੀ ਤੇਰੀਆਂ ਲੱਤਾਂ ਭਾਰ ਨਹੀਂ ਚੱਲਦੀਆਂ ਸੀ ਤਾਂ ਤੂੰ ਇਲੈਕਸ਼ਨ 'ਚ ਨਾ ਖੜਾ ਹੁੰਦਾ ਐਵੇਂ ਲੋਕਾਂ ਤੋਂ ਪੰਜ ਪੰਜ ਦਸ ਦਸ ਰੁਪਏ ਮੰਗੀ ਜਾਂਦਾ ਹੁਣ ਹੈ ਨਾ ਕਿਤੇ ਕਹਿੰਦੇ ਨਾ ਮੇਰੇ ਪਿਓ ਦਾ ਪਿਓ ਨੂੰ ਬ੍ਰੇਨ ਟੂਮਰ ਹੋਇਆ ਵਾ ਮੇਰੇ ਕੋਲ ਇਲਾਜ ਕਰਾਉਣ ਨੂੰ ਪੈਸੇ ਨਹੀਂ ਹੈਗੇ ਹੈ ਨਾ ਕਿਤੇ ਕਹਿੰਦੇ ਨਾ ਮੈਂ ਆਪਦੀ ਸਾਰੀ ਜਾਇਦਾਦ
ਜਿਵੇਂ ਜਿੱਤ ਗਿਆ ਦੇ ਦੂੰ ਗਵਰਨਮੈਂਟ ਨੂੰ ਹਨਾ ਤੇ ਯਾਰ ਸਭ ਤੋਂ ਪਹਿਲਾਂ ਪਿਓ ਹੁੰਦਾ ਪਰ ਪਿਓ ਦਾ ਇਲਾਜ ਕਰਾਈਏ ਥੋੜ੍ਹੀ ਬਾਹਲੀ ਜੋ ਹੈਗੀ ਆ ਹਨਾ ਇਹ 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 ਰਾਜਨੀਤਿਕ ਲੋਕ ਸੀ ਤੇ ਇਹ ਧਰਨਾ ਅਸਲ ਦੇ ਵਿੱਚ ਇਹਨਾਂ ਲੋਕਾਂ ਨੇ ਧਰਨਿਆਂ ਚੋਂ ਕਮਾਈ ਕਰੀ ਹੈ ਬਾਈ ਠੀਕ ਹੈ ਕਿੰਨੇ ਚੈਨਲ ਚੱਲ ਗਏ ਧਰਨੇ 'ਚ ਇਹ ਵੀ ਕੌਣ ਜਾਣਦਾ ਸੀ ਬਾਈ ਇਹ ਹਾਂ ਚਲੋ ਮੇਰੇ ਨਾਲ ਗਿਲਾ ਸ਼ਿਕਵਾ ਕਰਦਾ ਉਹ ਲਾਈਵ ਹੋ ਕੇ ਬਹਿ ਗਿਆ ਕਾਹਦਾ ਮਰਿਆ ਵਿਊਆਂ ਦਾ ਮਰ ਆਪਦੇ ਨੰਬਰ ਬਣਾਉਣ ਦਾ ਮਰਿਆ ਵਿਊਆਂ ਪਤਾ ਨਹੀਂ ਕਿੱਡਾ ਕੁ ਸੰਘਰਸ਼ੀ ਜੀ ਉਹਦਾ ਨਰਮੇ ਦਾ ਸੀਜ਼ਨ ਆ ਗਿਆ ਤੇ ਹੁਣ ਮੈਨੂੰ ਲੱਗਦਾ ਦੁਬਾਰੇ ਫੇਰ ਗੁਲਾਬੀ ਸੁੰਡੀ ਨੇ ਆਪਦੇ ਕਰਤੱਬ ਦਿਖਾਉਣੇ ਆ ਤੇ ਅੱਗੇ 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 ਬਾਈ ਜੇ ਕੋਈ ਇਹੋ ਜਿਹੀ ਦੁਬਾਰੇ ਪ੍ਰੋਬਲਮ ਆਉਂਦੀ ਆ ਤੇ ਕਿਵੇਂ ਬਾਈ ਤੁਸੀਂ ਬੋਲਣ ਦਾ ਅੱਗੇ ਵੀ ਜਜ਼ਬਾ ਰੱਖੋਗੇ ਕਿ ਨਹੀਂ ਰੱਖਦੇ ਨਾ ਨਾ ਰੱਖਦੇ ਕਿਸਾਨਾਂ ਨਾਲ ਮੇਰੇ ਵਰਗਾ ਭਰਾ ਹੀ ਤੁਹਾਨੂੂੰ ਫੋਨ ਕਰਦਾ ਨਾ ਕੜਾਂਗੇ ਕਿਸਾਨਾਂ ਨਾਲ ਕੋਈ ਕੋਈ ਚੱਕਰ ਨਹੀਂ ਕੜਾਂਗੇ ਕਿਸਾਨਾਂ ਨਾਲ ਬੋਲਣ ਦਾ ਉਹਦਾ ਧਿਆਨ ਰੱਖਾਂਗੇ ਤੇ ਬੰਦਾ ਦੇਖਾਂਗੇ ਪਹਿਲਾਂ ਤੇਰੇ ਪਿੰਡ 'ਚ ਫੋਨ ਮਾਰਿਆ ਤੇਰੇ ਅਗਨ ਪੁੱਛ ਲਓ ਫਲਾਨੇ ਬੰਦਾ ਕਿਵੇਂ ਆ ਯਾਰ ਜੋ ਕਿ ਨਾਲ ਖੜਨ ਵਾਲਾ ਵੀ ਠੀਕ ਆ ਬੰਦਾ ਜੈਨੂ ਹੋਣਾ ਠੀਕ ਆ ਤੇ ਸੁਧਾਰ ਵਿੱਚ ਲੋਕ ਤਾਂ ਗੁਜਰਾਤ ਵਾਲਾ ਬੀ ਬਹੁਤ ਲਈ ਜਾਂਦੇ ਆ ਯਾਰ ਹਨਾ ਬਈ ਯਾਰ ਬੀਆਂ 'ਚ ਕਿਹੜੇ ਸੁਧਾਰ ਹੋਣੇ ਆ ਕੰਪਨੀਆਂ ਠੱਗ ਨੇ ਸਾਰੀਆਂ ਠੀਕ ਹੈ ਲੋਕਾਂ ਦੀ ਮਜਬੂਰੀ ਹੈ ਨਰਮਾ ਬੀਜਣਾ ਹੁਣ ਤੁਹਾਡੇ ਸਾਡੇ ਪਿੰਡਾਂ 'ਚ ਹੁਣ ਪਾਣੀ ਦੇ ਸਾਧਨ ਹੈ ਨਹੀਂ ਕੀ ਕਰਨ ਲੋਕ ਬਈ ਕੋਈ ਹੋਰ ਹੈ ਹੀ ਨਹੀਂ ਫਸਲ ਦਾ ਕੋਈ ਹੋਰ ਰੁੱਖ ਹੀ ਹੈ ਨਹੀਂ ਲੋਕਾਂ ਦੀ ਮਜਬੂਰੀ ਦਾ ਫਾਇਦਾ ਹਮੇਸ਼ਾ ਹੀ ਕੰਪਨੀਆਂ ਚੁੱਕਦੀਆਂ ਚਾਹੇ ਕਿਸੇ ਵੀ ਰੂਪ 'ਚ ਦੇਖ ਲਓ ਕੋਈ ਵੀ ਠੀਕ ਹੈ ਅਤੇ ਉਹ ਚੱਕਣਗੀਆਂ ਆਹੀ ਆਹੀ ਹਾਲ ਰਹਿਣਾ ਬਈ ਕਿਸਾਨੀ ਦਾ ਤਾਂ ਅਤੇ ਆਉਣ ਵਾਲੇ ਸਮੇਂ ਦਾ ਬਾਈ ਜੀ ਝੋਨੇ ਲਾਈ ਜਾਂਦੇ ਨਾ ਲੋਕ ਆਉਣ ਵਾਲੇ ਮੈਂ ਇੱਕ ਮਿੰਟ ਮੈਂ ਪੜ੍ਹ ਰਿਹਾ ਸੀ ਆਉਣ ਵਾਲਾ ਆਉਣ ਵਾਲੇ 17 ਸਾਲਾਂ ਦਾ ਪਾਣੀ ਰਹਿ ਗਿਆ ਆਪਣੇ ਕੋਲ ਪੰਜਾਬ ਕੋਲ ਬਾਈ ਜੀ ਦੇਖੋ ਹੁਣ ਸਾਨੂੰ ਹਰੀ ਕ੍ਰਾਂਤੀ ਨੇ ਮਾਰਤਾ ਬਾਈ ਜ਼ਹਿਰਾਂ ਸੁਟਾਤੀਆਂ ਠੀਕ ਹੈ ਉਹਦੇ ਨਾਲ ਆ ਕੈਂਸਰ ਜਿਹੜੀਆਂ ਬਿਮਾਰੀਆਂ ਆਪਾਂ ਜਾਣਦੇ ਵੀ ਨਹੀਂ ਸੀ ਕਿਵੇਂ ਆਈ ਜਾਂਦੀਆਂ ਨੇ ਠੀਕ ਹੈ ਉਹ ਸਾਰਾ ਧਰਤੀ ਦਾ ਪਾਣੀ ਵੀ ਜ਼ਹਿਰੀਲਾ ਹੋ ਗਿਆ ਹਵਾ ਵੀ ਜ਼ਹਿਰੀਲੀ ਹੋ ਗਈ ਠੀਕ ਆ ਅਤੇ ਪਾਣੀ ਅਸੀਂ ਮੁਕਾ ਵੀ ਲਿਆ ਇਹ ਸਾਰੇ ਹਰੀ ਕ੍ਰਾਂਤੀ ਦੇ ਚੱਕਰ ਨੇ ਇਹਨਾਂ ਨੇ ਨਾਅਰਾ ਦਿੱਤਾ ਸੀ ਵੀ ਹਰੀ ਕ੍ਰਾਂਤੀ ਦਾ ਅਤੇ ਜਿਵੇਂ ਉਹਨੇ ਬਈ ਬੇੜਾ ਵਹਾ ਕੇ ਰੱਖਤਾ ਆ ਇੱਥੋਂ ਹੁਣ ਤੁਸੀਂ ਵੀ ਬਠਿੰਡੇ ਤੋਂ ਹੀ ਹੈ ਨਾ ਟ੍ਰੇਨ ਜਿਹੜੀ ਸ਼ਾਮ ਨੂੰ ਜਾਂਦੀ ਆ ਬੀਕਾਨੇਰ ਵਾਲੀ ਪਿਛਲੇ ਪਲਾਨ ਚ ਤੁਹਾਡੇ ਆਮ ਆਦਮੀ ਦੇ ਜਿੱਤਿਆ ਸੀ ਹਨਾ ਆਮ ਆਦਮੀ ਦਾ ਜਿੱਤਿਆ ਸੀ ਕੀ ਨਾਮ ਸੀ ਉਹਦਾ ਜਗਦੇਵ ਸਿੰਘ ਜਗਦੇਵ ਸਿੰਘ ਕਮਾਲੂ ਹੁਣ ਆਮ ਆਦਮੀ ਨਹੀਂ ਰਿਹਾ ਹੁਣ ਛੱਡ ਕੇ ਖਾਸ ਮਤ ਖਾਸ ਆਦਮੀ ਬਣ ਗਿਆ ਹੁਣ ਇਹਦੇ ਚ ਚਲਾ ਗਿਆ ਛੱਡ ਕੇ ਕਾਂਗਰਸ ਚ ਚਲਾ ਗਿਆ ਤੇ ਕਿਵੇਂ ਉਦੋਂ ਤੁਹਾਡੇ ਕੋਈ ਏਰੀਆ ਦਾ ਹੋਇਆ ਸੀ ਕੋਈ ਮਾੜਾ ਮੋਟਾ ਵਿਕਾਸ ਪਿੰਡ ਦਾ ਕਿ ਮੁਸ਼ਕਲ ਹੈ ਕੁਛ ਵੀ ਨਹੀਂ ਕਰਿਆ ਬਾਈ ਉਹਨੇ ਕੁਛ ਵੀ ਹੁਣ ਵਿਚਾਰੇ ਨੂੰ ਮਿਲਣਾ ਤਾਂ ਆਪ ਨੂੰ ਵੀ ਨਹੀਂ ਪਤਾ ਹੋਣਾ ਐਮਐਲਏ ਦੀ ਕੀ ਪਾਵਰ ਹੁੰਦੀ ਆ ਫਿਰ ਰਹਿੰਦੀ ਹੁੰਦੀ ਜਿਹੜੀ ਉਹਦੀ ਇੱਜ਼ਤ ਬਣੀ ਸੀ ਉਹਨੂੰ ਹਨਾ ਉਹ ਕਾਂਗਰਸ 'ਚ ਜਾਣ ਕਰਕੇ ਖਰਾਬ ਕਰ ਕਾਂਗਰਸ 'ਚ ਜਾ ਕੇ ਖਰਾਬ ਕਰ ਲਈ ਤੇ ਹੁਣ ਉਹ ਵਿਚਾਰਾ ਦਿਸੇ ਨਹੀਂ ਵੋਟਾਂ ਵਾਲੇ ਕਿੱਥੇ ਨਾ ਕਿਸੇ ਕਾਂਗਰਸੀ ਨਾਲ ਦਿਸਿਆ ਨਾ ਉਹ ਵੀ ਜੇ ਉਦੋਂ ਸਟੈਂਡ ਤੇ ਖੜਾ ਰਹਿੰਦਾ ਤਾਂ ਹੋ ਸਕਦਾ ਵੀ ਐਤਕੀ ਪੈਰ ਲਾ ਜਾਂਦਾ ਹਨਾ ਹੋ ਸਕਦਾ ਬਈ ਲੋਕਾਂ ਨੂੰ ਕਹਿ ਦਿੰਦਾ ਵੀ ਭਾਈ ਸਰਕਾਰ ਦੂਜੀ ਸੀ ਮੈਂ ਮੈਥੋਂ ਜੇ ਤੁਹਾਡਾ ਚੰਗੇ ਕੰਮ ਨਹੀਂ ਹੋਏ ਤਾਂ ਮੈਂ ਮਾੜੇ ਵੀ ਨਹੀਂ ਕਰੇ ਇਹ ਗੱਲ ਸੱਚ ਵੀ ਆ ਉਹਦੀ ਪਿੱਠ ਸੁਣਦੀ ਆ ਬੰਦੇ ਦੀ ਜੇ ਉਹਨੇ ਕੋਈ ਚੰਗਾ ਕੋਈ ਕੰਮ ਨਹੀਂ ਨਾ ਕਰਿਆ ਉਹਨੇ ਮਾੜਾ ਵੀ ਨਹੀਂ ਕਰਿਆ 1% ਵੀ ਨਹੀਂ ਐਮ ਐਲ ਏ ਠਾਣੇ ਠੂਣੇ ਜਿੱਦਾਂ ਬੰਦੇ ਬੰਦੇ ਕਟਾਈ ਦਿੰਦਾ ਹੁੰਦਾ ਕਿ ਨਹੀਂ ਉਹਨੇ ਇਹ ਵੀ ਨਹੀਂ ਕਰਿਆ ਵਿਚਾਰੇ ਨੇ ਜਿੰਨਾ ਕੁ ਬਹੁਤ ਪੈਂਦਾ ਲਿਆਜੀ ਮਿੱਤਰੀ ਕਹਿ ਦਿੰਦਾ ਵੀ ਯਾਰ ਕਿ ਮੈਨੂੰ ਤੰਗ ਕਰਦਾ ਇਹ ਚੁਕਾ ਦੋ ਯਾਰ ਨਹੀਂ ਉਹਨੇ ਇਹ ਵੀ ਨਹੀਂ ਕਰਿਆ ਬੰਦਾ ਫੱਕਰ ਸੀ ਇਸ ਗੱਲੋਂ ਤੇ ਬਾਈ ਮਾਹੌਲ ਮੰਨ ਕੇ ਚਲੋ ਫਿਰ ਜ਼ਿਆਦਾ ਤੇਰੇ ਪਿੰਡ ਦਾ ਲੱਖੇ ਦੀ ਜ਼ਿਆਦਾ ਲੱਗਦਾ ਸੁਧਾਣੇ ਦਾ ਬਾਈ ਯਾਰ ਲੱਗਦਾ ਤਾਂ ਇਹੀ ਆ ਬਾਕੀ ਮੌਕਾ ਦੱਸੋ ਬਈ ਹਨਾ ਹੁਣ ਕਿਉਂ ਇਹਦੇ ਚ ਰਹਿ ਗਏ ਸਾਰੇ 12-13 ਦਿਨ ਰਹਿ ਗਏ ਹੁਣ ਇਹ ਜੀ ਦੀ ਉਬਲੋ ਚੁਬਲੀ ਲੱਗੀ ਰਹੂ ਵੀ ਭੈਣ ਜੋ ਕਿਹਦੀ ਆਉ ਕਿਹੜਾ ਆਉ ਹਨਾ ਭਾਈ ਯਾਰ ਬੜਾ ਭੈੜਾ ਕੰਮ ਹੈ ਹਨਾ ਹਲੇ ਵਿਚਾਰੇ ਜਿਹੜੇ ਪਰਿਵਾਰ ਉੱਠੇ ਆ ਹੁਣ ਮੰਨ ਲਾ ਹਨਾ ਜਾਂ ਕਿਸੇ ਦਾ ਵੀ ਜਿਵੇਂ ਮੰਨ ਲਾ ਬਾਈ ਲੱਖਾ ਉੱਠਿਆ ਹੁਣ
ਸਾਰੇ ਪਰਿਵਾਰ ਦਾ ਸਨੇ ਰਿਸ਼ਤੇਦਾਰਾਂ ਦਾ ਜ਼ੋਰ ਲੱਗ ਜਾਂਦਾ ਹਨਾ, ਜੁੱਤੀਆਂ ਘਸ ਜਾਂਦੀਆਂ ਕਿਵੇਂ ਆਏ ਹੱਥ ਬੰਦਾ ਮੂਹਰੇ ਹਨਾ ਬਣਦਾ ਜੇ ਹਨਾ, ਕੋਈ ਰੱਬ ਨਾ ਕਰੇ ਕੋਈ ਨਿੱਕੀ ਹੋ ਜੇ ਫਿਰ ਕਿਵੇਂ ਉਹ ਚੀਜ਼ਾਂ ਕਿਵੇਂ ਬੰਦੇ ਲੋਕ ਮੂਸੇ ਵਾਲੇ ਵਾਲੀ ਗੱਲ ਪਹਿਲਾਂ ਥਾਪੀਆਂ ਮਾਰਦਾ ਸੀ ਤੇ ਹੁਣ ਹੱਥ ਜੋੜਦਾ, ਇਹ ਚੀਜ਼ ਹੀ ਇਹੋ ਜਿਹੀ ਬਾਈ। ਪਰ ਲੋਕਾਂ ਨੇ ਆਈ ਨੀ ਪਤਾ ਯਾਰ, ਪੋਲਿੰਗ ਤੇ ਜਾ ਕੇ ਲੋਕ ਬਦਲ ਜਾਂਦੇ ਆ, ਪੂਲਿੰਗ ਤੇ ਜਾ ਕੇ ਮੌਕੇ ਬਟਨ ਦੱਬਣ ਵੇਲੇ ਵੀ ਦਿਮਾਗਾ ਹੋ ਜਾਂਦਾ ਕਈ ਵਾਰੀ, ਨਿਕਲੀਆਂ ਤੇ ਬਹਿ ਜਾਂਦੇ ਵੀ ਆਉਣ ਦੇ ਟਾਈਮ ਕੋਈ ਗੱਲ ਨੀ ਕੀ ਆ ਕੋਈ ਆ ਜੇ। ਫਿਰ ਤੁਸੀਂ ਉੱਥੇ ਕੀ ਕੀ ਬਦਲਾਅ ਭਾਲਦੇ ਹੋ? ਬਦਲਾਅ ਕੀ ਹੋਊਗਾ ਬਾਈ, ਹੁਣ ਇੱਕ ਓਬਵੀਅਸਲੀ ਜੀ ਗੱਲ ਆ ਵੀ ਜੇ ਪਿੰਡ ਦਾ ਸਰਪੰਚ ਉੱਠਦਾ ਸਰਬਸੰਮਤੀ ਨਾਲ ਬਣ ਗਿਆ ਤਾਂ ਚਲੋ ਠੀਕ ਹੈ, ਨਹੀਂ ਅਗਲਾ ਬੰਦੇ ਨੇ ਅੱਜ ਘਰੋਂ ਆਪਦੇ ਸਰਪੰਚ ਹੀ ਚੁੱਟ ਕੇ 20 ਲੱਖ 50 ਲੱਖ ਰੁਪਇਆ ਲਾਤਾ ਤੇ ਉਹ ਬਾਈ ਕੰਮ ਕਰੂਗਾ ਕਿ ਉਹ ਆਪਦੇ ਪੈਸੇ ਪੂਰੇ ਕਰੂਗਾ? ਮੈਨੂੰ ਇਹ ਗੱਲ ਦੱਸੋ ਯਾਰ, ਮੇਰੀ ਗੱਲ ਸੁਣੋ ਬਾਈ, ਮਹੀਨਾ ਮਹੀਨਾ ਬੰਦੇ ਤੋਂ ਤੁਸੀਂ ਦਾਰੂ ਪੀ ਜਾਂਦੇ ਹੋ ਯਾਰ, ਸਾਰਾ ਸਾਰਾ ਪਿੰਡ, ਫਿਰ ਉਹ ਕੀ ਕਰੂੰ ਮੈਨੂੰ ਆਇਆ? ਫਿਰ ਗਾਹਾਂ ਤੁਹਾਡੇ ਜਿਹੜੇ ਪੰਚਾਇਤ ਅਫਸਰ ਆ ਸਾਰਿਆਂ ਦੇ ਰੇਟ ਬੰਨੇ ਪਏ ਆ, ਰੇਟ ਬੰਨੇ ਪਏ ਆ ਵੀ ਇੰਨੇ ਮਗਰ ਇੰਨੇ ਆ, ਲੋਕ ਟਾਇਲ ਵੀ ਇਹਦੇ ਮਗਰ ਰੁਪਈਆ ਮੈਨੂੰ ਲੱਗਦਾ ਗਾਹਾਂ ਜਾਂਦਾ ਹੋਊਗਾ ਸਭ ਦੇ। ਸਰਪੰਚ ਜੇ ਕੋਈ ਇਮਾਨਦਾਰ ਸਰਪੰਚ ਜਾਂ ਕੋਈ ਬੜੀ ਜ਼ਰੂਰਤ ਰੱਖਦਾ ਤਾਂ ਕਹਿਣਾ ਕੀ ਆ, ਨਹੀਂ ਇਮਾਨਦਾਰ ਤੋਂ ਇਮਾਨਦਾਰ ਨੂੰ ਵੀ ਉਸ ਸਿਸਟਮ ਦੇ ਵਿੱਚ ਗੁਲਤਾਨ ਹੋਣਾ ਪੈਂਦਾ, ਕੁਛ ਤਾਂ ਉਹਦੇ ਪਹਿਲਾਂ ਲੱਗੇ ਹੁੰਦੇ ਆ ਬਾਈ, ਠੀਕ ਆ, ਤੇ ਕੁਛ ਮੂਹਰੇ ਸਿਸਟਮ ਹੀ ਇਹੋ ਜਿਹਾ, ਅਗਲੇ ਕਿਤੇ ਘਰੇ ਖਾਂਡੀ, ਅਗਲੇ ਦੇ ਘਰੇ ਖਾਂਡੀ ਨੀ ਤਾਂ ਦਰਦੀ ਬਾਈ, ਜਿਹਨੂੰ ਤੁਸੀਂ ਆਪਣਾ ਬਣਾ ਕੇ ਥਾਣੇ 'ਚ ਲੈ ਕੇ ਜਾਂਦੇ ਹੋ ਹਨਾ, ਨਾਲ ਜਾਂ ਮੇਰਾ ਚਾਚਾ ਹੈ ਮੈਂਬਰ ਹੈ ਸਰਪੰਚ ਹੈ ਹਨਾ, ਉਹਦੀ ਇੰਨੀ ਸੈਟਿੰਗ ਹੁੰਦੀ ਆ, ਫਿਰ ਜਦੋਂ ਤੇਰਾ ਨਿਬੜ ਗਿਆ ਕਹਿੰਦਾ ਲਿਆ ਵੀ ਆਪਾਂ ਹੁਣ ਮਾਣ ਤਾਣ ਤਾਂ ਕਰੀਏ ਚਾਹ ਪਾਣੀ ਤਾਂ ਕਰੀਏ, ਉੱਥੇ ਚਾਰ ਬੰਦੇ ਨਾਲ ਹੁੰਦੇ ਆ, ਕੱਢ ਵੀ 2000 ਹੈਂ, ਉਹ ਗਾਂ ਆਪਦੇ ਨੰਬਰ ਆਪਦੇ ਨੰਬਰ ਬਣਾਉਂਦਾ ਵੀ ਐਸ ਐਚ ਓ ਸਾਹਿਬ ਆਖਣਗੇ ਵੀ ਲੈ ਵੀ ਮੈਨੂੰ ਕੱਲ੍ਹ ਨੂੰ ਚੰਗੀ ਤਰ੍ਹਾਂ ਬੁਲਾਓ, ਕੱਲ੍ਹ ਨੂੰ ਮੇਰੀ ਮੈਨੂੰ ਮੇਰੇ ਪਿੰਡ ਦੀ ਪੰਚਾਇਤ ਬੈਠੀ ਹੋਈ ਮੇਰੇ ਨਾਲ ਸਮਾਰ ਕੇ ਮਿਲੂਗਾ ਜਾਂ ਮੇਰਾ ਨਾਂ ਲੈ ਕੇ ਗੱਲ ਕਰੂਗਾ ਹਨਾ, ਅਤੇ ਉਸ ਗੱਲ ਦਾ ਮਾਰਾ ਉਹ ਵਿੱਚ ਕਿਸੇ ਗਰੀਬ ਬੰਦੇ ਤੋਂ ਹੈ ਉਹਦੀ ਮਜਬੂਰੀ ਹੁੰਦੀ ਆ, ਫਸਿਆ ਹੁੰਦਾ ਗਲਤੀ ਮੇਰੇ ਵਰਗੇ ਨੇ ਕਰੀ ਹੁੰਦੀ ਆ, ਉਹ ਭੁਗਤਦਾ ਉਹਦਾ ਪਿਓ ਆ ਉੱਥੇ ਹੈ, ਨਾਲੇ ਤਾਂ ਬੇਇੱਜ਼ਤੀ ਕਰਾਉਂਦਾ, ਨਾਲੇ ਜੇਬ 'ਚ ਪੈਸੇ ਦੇਣੇ ਪੈਂਦੇ ਆ, ਨਾਲੇ ਉਹ ਬੰਦੇ ਸਾਨ ਕਰਦੇ ਆ ਵੀ ਅਸੀਂ ਇਹਦੇ ਨਾਲ ਗਏ ਸੀ ਓਏ, ਉਹ ਫਿਰ ਗੱਲ ਵੋਟਾਂ ਵੇਲੇ ਫੇਰ ਆ ਕੇ ਇਫੈਕਟ ਕਰਦੀ ਆ, ਇਫੈਕਟ ਪੈਂਦਾ ਫਿਰ ਉਹ ਚੀਜ਼, ਉਹ ਇਹ ਬੰਦਾ ਆੜਤੀ ਦਾ ਦਾਬੂ ਹੁੰਦਾ ਹੈ ਨਾ, ਆੜਤੀ ਹੈ ਪਹਿਲਾਂ ਦਾ ਵਿਆਜ, ਹੁਣ ਵਿੱਚ ਬੰਦਿਆਂ ਨੇ ਇੱਕ ਮਨ ਮੇਰੇ ਪਿੰਡ ਆ ਵੇਲੀ, ਉਹਨੇ ਪੈਸੇ ਚੱਕ ਕੇ ਆਪਦੀ ਵਾਈਫ ਨੂੰ ਮੰਨ ਕੇ ਚੱਲੋ 17-18 ਲੱਖ ਦਾ 20 ਲੱਖ ਦਾ ਕਰਜ਼ਾ ਚੱਕ ਕੇ ਆਸਟ੍ਰੇਲੀਆ ਭੇਜਿਆ ਸੀ, ਹੁਣ ਏਜੰਟ ਨੇ ਕੀ ਕੀਤਾ ਬਈ, ਏਜੰਟ ਨੇ ਜਿਹੜੇ ਪਲੱਸ ਟੂ ਦੇ ਸਰਟੀਫਿਕੇਟ ਹੁੰਦੇ ਆਪਣੇ, ਉਹ ਕੁੜੀ ਦੀ ਮੈਡੀਕਲ ਕੀਤੀ ਹੋਈ ਸੀ, ਨੋਨ ਮੈਡੀਕਲ ਕੀਤੀ ਹੋਈ ਸੀ, ਅਤੇ ਉਹਨਾਂ ਨੇ ਆਪਦੇ ਫਾਇਦੇ ਵਾਸਤੇ ਜਿਹੜਾ ਕਾਲਜ ਨਾਲ ਉਹਨਾਂ ਦਾ ਮੈਡੀਕਲ ਕਾਲਜ ਨਾਲ ਟਾਈ ਅਪ ਹੋਣਾ, ਡਾਕੂਮੈਂਟ ਪਲੱਸ ਟੂ ਦੇ ਉਹੀ ਸੇਮ ਡਾਕੂਮੈਂਟ 'ਤੇ ਮੰਨ ਕੇ ਚੱਲੋ ਮੈਡੀਕਲ ਦੀ ਟ੍ਰੇਡ ਉਹਦੀ ਚੇਂਜ ਕਰਤੀ, ਮੈਡੀਕਲ ਦੇ ਲਾ ਕੇ ਉਹ ਕਰਤਾ, 13 ਵੀਜ਼ਾ ਲੱਗ ਗਿਆ, ਪਹੁੰਚ ਗਈ ਕੁੜੀ ਉੱਥੇ, ਯੂਨੀਵਰਸਿਟੀਆਂ ਜਦੋਂ 2 ਸਾਲ ਬਾਅਦ ਰੀਨਿਊਲ ਭਰੀ ਉਦੋਂ ਉਹਨਾਂ ਨੇ ਵੀਜ਼ਾ ਕੈਂਸਲ ਕਰਤਾ, ਉਹ ਇੱਕ ਉਹ ਇੱਥੇ ਕਰੋਨਾ ਦੇ ਕਰਕੇ ਇੱਥੇ ਫਸੀ ਹੋਈ ਸੀ, ਉਹ ਕੀ ਕਰੂ ਕੀ ਕਰੂ ਬਾਈ, ਉਹ ਬੰਦਾ ਇੰਨਾ ਵਿਚਾਰਾ ਡਾਬੂ ਹੋਇਆ ਪਿਆ, ਬਿੰਡੂ ਹੋਇਆ ਆਪਣਾ ਭਰਾ ਦੇ, ਹੁਣ ਕੀ ਕਰੇ ਕੀ ਵਿਚਾਰਾ, ਤੇਰੇ ਆਈਲੈਟਸ ਜਾ ਰਹੇ, ਇਹ ਵੀ ਆਪਾਂ ਮੁੱਦਾ ਚੁੱਕਿਆ ਸੀ, ਬੇਸ਼ੱਕ ਜਾਂ ਕੋਈ ਹੋਰ ਕੋਈ ਉਹ ਨਹੀਂ ਹੋਈ ਜੇਲ੍ਹ ਜਾਂ ਨਹੀਂ ਇੱਧਰ ਆਈ ਨਹੀਂ ਰਿਪੋਰਟ ਹੋਈ ਹੈ ਨਾ ਕੁੜੀ ਉਹ ਬੇਅੰਤ ਕੌਰ, ਹਾਂ ਬਾਈ ਉਹ ਮੈਂ ਤੁਹਾਡੀ ਵੀਡੀਓ ਦੇਖੀ ਸੀ ਉਹਦੇ, ਤੁਸੀਂ ਸਰ ਮੈਂ ਤੁਹਾਨੂੰ 5-6 ਮੁੰਡੇ ਇਹੋ ਜਿਹੇ ਮਿਲਾ ਦਿੰਦਾ, ਉੱਥੇ ਤਾਂ ਬਾਈ ਤੇਰਾ ਬਹੁਤ ਵੱਡਾ ਉਹ ਹੋਇਆ ਸੀ ਨਾ ਜਦੋਂ ਕਿਹਾ, ਕਹਿੰਦਾ ਬਾਈ ਯਾਰ ਮੈਂ ਤਾਂ 65 ਲੱਖ ਲਈ ਬੈਠਾ, ਹਾਂ ਉਹ ਮੁੰਡਾ ਹੁਣ ਵੀ ਮੈਂ ਘਰੇ ਜਾ ਕੇ ਆਇਆ ਉਹਦੇ ਵਾੜੀ ਆਪਣਾ, ਬਾਕੀ 65 ਲੱਖ ਉਹਨੇ ਲਾਇਆ, ਬਾਕੀ ਉਹਨਾਂ ਦਾ ਕਾਰੋਬਾਰ 65 ਲੱਖ ਲਾਉਣ ਵਾਲਾ ਹੈਗਾ, ਮੈਂ ਉਹਨੂੰ ਉਸ ਟਾਈਮ 'ਤੇ ਚਲੋ ਨਹੀਂ ਲੱਗਿਆ, ਸੁਣਦਾ ਤਾਂ 5-6 ਮੁੰਡੇ ਮੈਂ ਤੁਹਾਨੂੰ ਇਹੋ ਜਿਹੇ ਮਿਲਾ ਸਕਦਾ ਵੀਰੇ, ਜਿਨ੍ਹਾਂ ਦੇ ਘਰ ਵਾਲੀਆਂ ਉਹਨਾਂ ਨੂੰ 1.5-1.5 ਸਾਲ ਤੋਂ 7 ਸਾਲ ਤੋਂ ਕਿਸੇ ਨੂੰ 6 ਮਹੀਨੇ ਤੋਂ ਫੋਨ ਨਹੀਂ ਸੀ ਕਰਦੀਆਂ, ਬਲੌਕ ਕੀਤੇ ਹੋਏ ਸੀ, ਜਦੋਂ ਮੈਂ ਰੌਲਾ ਪਾਇਆ ਵੀਡੀਓ ਚੱਲਿਆ ਵਰਲਡ ਪਰ ਤੋਂ ਸਾਰੇ ਸਾਰੇ ਗੱਲ ਕਰਨ ਲੱਗੇ, ਉਹ ਕੁੜੀਆਂ ਡਰਦੀਆਂ ਫੋਨ ਕਰਨ ਲੱਗ ਗਈਆਂ, ਸਾਰੇ ਬੰਦੇ ਮੇਰਾ ਇੰਨਾ ਥੈਂਕ ਯੂ ਕਰਦੇ ਛੱਡ ਕੇ ਲੰਦੇ, ਤੇ ਉਹ ਤੂੰ ਘਰ ਬਣਦਾ ਮੇਰਾ, ਚੰਗਾ ਕੰਮ ਹੋਇਆ ਕਿ ਮਾੜਾ ਹੋਇਆ, ਵਧੀਆ ਚੰਗਾ ਹੋਇਆ ਬਾਈ ਦੇਖੋ, ਤੇ ਪੰਜ ਚਲੋ ਜਿਵੇਂ ਉਹ ਕਹਿੰਦੇ ਹੁੰਦੇ ਜੇ ਇੱਕ ਬੰਦਾ ਵੀ ਉਹ ਜੇ ਤੁਹਾਡੇ ਉਸ ਨਾਲ ਤਾਂ ਹਨਾ, ਉਹ ਗੱਲ ਹੋਈ ਵੀ ਮੁੰਡੇ ਤਾਂ ਉੱਥੇ 60-70 ਇਕੱਠੇ ਹੋਏ ਸੀ, ਹੁਣ ਸਾਰਿਆਂ ਦਾ ਚਲੋ ਨਹੀਂ ਹੱਲ ਹੁੰਦਾ, ਬਾਹਰ ਬੈਠੇ ਤਾਂ ਆਪਾਂ ਕੀ ਕਰ ਸਕਦੇ, ਪਰ ਕੁਛ ਕੁੜੀਆਂ ਡਰਦੀਆਂ ਹੀ ਚੱਜ ਨਾਲ ਗੱਲ ਜੀ ਨੀ ਕਰਦੀ, ਤੇ ਕਹਿੰਦੀ ਮੈਂ ਬਿਜੀ ਆ ਕੰਮ ਤੇ ਆਇਆ, ਕਹਿੰਦਾ ਹੋਰ ਹੀ ਬਦਲੋ ਬਦਲੋ ਕਰਦੀ ਆ, ਉਹ ਬੋਲਦਾ ਯਾਰ ਮੁੰਡਾ ਜਿਹੜਾ ਬਾਹਰ ਵਾਲਾ ਮੁੰਡਾ ਸੀ ਘਰ ਜਿਹਦੇ ਘਰ ਵਾਲੀ ਬਾਹਰ ਸੀ, ਕਹਿੰਦਾ ਮਾਣ ਮੈਂ ਦੇਖਦਾ ਇੱਕ ਅੱਧਾ ਦਿਨ ਯਾਰ, ਮੈਂ ਉਹਨੂੰ ਕਹੂੰਗਾ ਕਹਿ ਕੇ ਦੇਖੂਗੇ ਯਾਰ ਵੀ
ਸਿੱਧੀ ਹੋ ਜਾ ਨਹੀਂ ਕਹਿੰਦਾ ਮੈਂ ਇੱਕ ਫੋਟੋ ਤੇਰੇ ਨਾਲ ਪਾਉਂ ਕਹਿੰਦਾ ਬਾਕੀ ਆਪ ਹੀ ਸਮਝ ਜੂ ਵੀ ਹੁਣ ਇਹ ਤਾਂ ਇਹਦੇ ਰੌਲਾ ਪਾਊਗਾ ਤੇ ਇਹ ਆਏ ਬਈ ਚੰਗਾ ਚੰਗਾ ਕਰਦੇ ਤਾਂ ਮਾੜਾ ਵੀ ਹੋ ਜਾਂਦਾ ਮਾੜਾ ਤੁਹਾਡੇ ਜਲਦੀ ਸਾਹਮਣੇ ਆ ਜਾਂਦਾ ਚੰਗਾ ਲੁਕਿਆ ਰਹਿ ਜਾਂਦਾ ਚੰਗਾ ਲੁਕਿਆ ਰਹਿ ਜਾਂਦਾ ਬਾਈ ਤੇ ਉਹ ਬਾਈ ਜਿਹੜੇ ਭਰਾ ਨੇ 65 ਲੱਖ ਲਾਇਆ ਸੀ ਤੇ ਉਹ ਉਹਨੂੰ ਕੋਈ ਬਾਅਦ ਚ ਹੋਈ ਕਿ ਉਹਦੀ ਸੜਿੰਗ ਬੜਿੰਗ ਕੇ ਕੁਛ ਨਹੀਂ ਮਿਲਿਆ ਕੀ ਕਰੂੰ ਯਾਰ ਬਾਈ ਜ਼ਮੀਨਦਾਰ ਬੰਦਾ ਪੰਜੀ ਨਹੀਂ ਮਿਲੀ ਬਾਈ ਉਹਨੂੰ ਪੰਜੀ ਬਾਈ ਕੀ ਮਿਲੇ ਅਗਲੀ ਲੈਂਦੀ ਹੁਣ ਨਜ਼ਾਰੇ ਉੱਥੇ ਕੀ ਪਤਾ ਉਹ ਉੱਥੇ ਆ ਦੂਜੇ ਉਹ ਕਹਿੰਦੇ ਉਹਨੇ ਉਹ ਕਹਿੰਦੇ ਦੇਣ ਜੋਗੀ ਨਹੀਂ ਸੀ ਕਰੀ ਕਿ ਉਹ ਕਹਿੰਦੇ ਗਰੀਬ ਘਰ ਦੀ ਕੁੜੀ ਸੀ ਉਹਨਾਂ ਦਾ ਉਹ ਕੀ ਕਰ ਲੈਣ ਬਾਕੀ ਇਹਨਾਂ ਚੀਜ਼ਾਂ 'ਚ ਬਣਦਾ ਕੁਛ ਨਹੀਂ ਅੱਜ ਤੱਕ ਮੈਨੂੰ ਨਹੀਂ ਲੱਗਦਾ ਕਿ ਇਹਦੇ ਪੈਸੇ ਮਿਲੇ ਹੋਣ ਬਹੁਤ ਘੱਟ ਉਹ ਮੈਨੂੰ ਲੱਗਦਾ ਬਈ ਜਦੋਂ ਆਪਣੇ ਪਿਓ ਹੋਰੀ ਵਾਹੀ ਕਰਦੇ ਹੁੰਦੇ ਸੀ ਹਨਾ ਜਵਾਨੀ ਪਹਿਰੇ ਉਦੋਂ ਓਨੇ ਦਾ ਟਰੈਕਟਰ ਆ ਜਾਂਦਾ ਉਹ ਜਿੰਨੇ ਦਾ ਹੁਣ ਮੁੰਡੇ ਡੈੱਕ ਲਵਾਈ ਫਿਰਦੇ ਜਿੰਨੇ ਦਾ ਡੈੱਕ ਉਦੋਂ ਬਸ ਬਾਈ ਮੇਰੇ ਮਾਮੇ ਕਹਿੰਦੇ ਲਿਆਂਦਾ ਸੀ ਉਦੋਂ ਤੇ ਅਸੀਂ ਵੀ ਲਿਆਂਦਾ ਅਸੀਂ ਲਿਆਂਦਾ ਸੀ ਸਾਡੇ ਕੋਲ ਪਹਿਲਾਂ ਪੁਰਾਣਾ ਫੋਰਡ ਸੈਨ ਹੁੰਦਾ ਸੀ ਉਦੋਂ ਲਿਆਂਦਾ ਸੀ ਉਹ ਮੇਰੇ ਬਾਪੂ ਨੇ ਮੇਰੇ ਖੜਾ 12,000 ਦਾ ਉਹ ਟਾਈਮਾਂ 'ਚ ਅਤੇ ਉਦੋਂ ਪਿੰਡ 'ਚ ਦੋ ਹੀ ਟਰੈਕਟਰ ਹੁੰਦੇ ਸੀ ਸਾਡੇ ਹੁੰਦਾ ਇੱਕ ਤਾਂ ਇੱਕ ਨੰਬਰਦਾਰ ਲਾਉਂਦੇ ਹੁੰਦਾ ਸੀ ਫੋਰਡ ਸੈਨ ਮੇਜਰ ਕਹਿ ਦਿੰਦੇ ਜਿਹੜਾ ਅਤੇ ਉਦੋਂ ਬਾਅਦ 'ਚੋਂ ਫਿਰ ਮੇਰੇ ਮਾਮੇ ਕਹਿੰਦੇ ਆਹ 94-95 ਦੀ ਗੱਲ ਹੋਊਗੀ ਉਦੋਂ ਇਹਨਾਂ ਨੇ ਇੱਕ ਮੈਸੀ ਲਿਆਂਦਾ ਸੀਗਾ ਅਤੇ ਇੱਕ ਲਿਆਂਦਾ ਸੀਗਾ 25-11 ਇਹ ਆਏ ਸੀ 90-90 ਹਜ਼ਾਰ ਦੇ ਅਤੇ ਅੱਜ ਦੇ ਟਾਈਮ ਤਾਂ ਅਗਲਾ 90,000 ਢੋਲਕੀ ਜੀ ਦੀ ਲਾ ਦਿੰਦਾ ਬਈ ਮਹਿੰਗਾਈ ਵੱਧ ਰਹੀ ਆ ਪਤਾ ਕਿਵੇਂ ਤੁਸੀਂ ਸੋਚ ਕੇ ਦੇਖੋ ਕਿਸੇ ਟਾਈਮ ਵੀ ਪੈਸੇ ਜੇਬ 'ਚ ਜਾਂਦੇ ਸੀ ਅਤੇ ਬਾਜ਼ਾਰੋਂ ਸਮਾਨ ਵੱਡੇ ਝੋਲੇ 'ਚ ਆ ਜਾਂਦਾ ਸੀ ਠੀਕ ਆ ਹੁਣ ਮੈਨੂੰ ਲੱਗਦਾ ਆਉਣ ਵਾਲੇ ਟਾਈਮ 'ਚ ਇਹ ਹੋਜੂ ਵੀ ਪੈਸੇ ਝੋਲਿਆਂ 'ਚ ਜਾਇਆ ਕਰਨਗੇ ਸਮਾਨ ਜੇਬ 'ਚ ਆਇਆ ਕਰੂ ਆਪਾਂ ਕਿੰਨਾ ਬਈ ਆਪਣੀ ਕੋਈ ਬਾਹਲੀ ਉਮਰ ਨਹੀਂ ਆਪਾਂ ਕਿੰਨਾ ਬਦਲਾਅ ਦੇਖ ਲਿਆ ਬਈ ਕਿੰਨਾ ਬਦਲਾਅ ਦੇਖ ਲਿਆ ਹੈ ਨਾ ਅਤੇ ਏ ਟੀ ਐੱਮ ਦੇਖੋ ਆਪਾਂ ਦੇਖੇ ਆਉਂਦੇ ਹੋਏ ਹਨਾ ਆਪਾਂ ਬਿਨਾਂ ਉਹ ਤੋਂ ਵੀ ਦੇਖਿਆ ਅੱਜ ਤੋਂ ਵੀ ਦੇਖਿਆ ਕੰਪਿਊਟਰ ਆਪਾਂ ਆਪ ਦੇਖ ਲਿਆ ਹੈ ਮੋਬਾਈਲ ਆਪਾਂ ਦੇਖ ਲਏ ਮੋਟਰਸਾਈਕਲ ਆਮੀ ਚਲੋ ਪਹਿਲਾਂ ਮਾੜੇ ਮੋਟੇ ਕਿਸੇ ਤਕੜੇ ਘਰ ਕੋਲ ਹੁੰਦੇ ਸੀ ਹੁਣ ਤਾਂ ਆਮੀ ਇੱਕ ਘਰੇ 4 ਖੜੇ ਸਾਡੇ 4 ਹੈ ਬਾਕੀ ਬਈ ਅੱਜ ਕੱਲ ਆਹ ਆਪਾਂ ਗੱਲ ਕਰਦੇ ਜੇਬ ਚ ਪਾਉਣ ਵਾਲੀ ਗੂਗਲ ਪੇ ਵਗੈਰਾ ਹੋਰ ਚੱਲ ਪਏ ਅੱਜ ਕੱਲ ਤਾਂ ਸਿੱਧਾ ਸੈੱਟ ਜਿੱਥੇ ਮਰਜ਼ੀ ਲੈ ਪੈਸਾ ਬਿਨਾਂ ਦੇਖਣ ਤੋਂ ਹੀ ਕੁਛ ਮਰਜ਼ੀ ਲਈ ਆ ਲੱਖਾਂ ਰੁਪਈਆਂ ਦਾ ਹਾਂ ਅੱਜ ਕੱਲ ਮੈਨੂੰ ਲੱਗਦਾ ਪੈਸਾ ਘਰ ਪਰਿਵਾਰ ਦਾ ਵੀ ਸਾਰਾ ਦੇਖਣਾ ਹੁੰਦਾ ਚਲੋ ਹਨਾ ਤੇ ਹੋਰ ਬਾਈ ਜੀ ਹੋਰ ਕੀ ਕਹਿਣਾ ਚਾਹੋਗੇ ਆਪਣੀ ਯੂਟਿਊਬ ਫੈਮਿਲੀ ਨੂੰ ਯੂਟਿਊਬ ਫੈਮਿਲੀ ਦਾ ਬਸ ਕੀ ਕਹਿਣਾ ਹੱਸਦੇ ਵੱਸਦੇ ਰਹੋ ਖੁਸ਼ ਰਹੋ ਹਨਾ ਜਿੱਥੇ ਵੀ ਹੈਗੇ ਹੋ ਤੇ ਪੰਜਾਬ ਤੇ ਪੰਜਾਬੀਅਤ ਨੂੰ ਪਿਆਰ ਕਰੋ ਚੰਗੇ ਬੰਦਿਆਂ ਦਾ ਸਾਥ ਦਿਓ ਯਾਰ ਤੇ ਬਾਕੀ ਯਾਰ ਦੁਨੀਆਦਾਰੀ ਦਾ ਤਾਂ ਭਰਾਵਾ ਸਰਿਆ ਪਿਆ ਬੜਾ ਬੁਰਾ ਹਾਲ ਦੁਨੀਆਦਾਰੀ ਤੁਹਾਡੀਆਂ ਲੱਤਾਂ ਖਿੱਚਣ ਵਾਲੇ 10 ਬੈਠੇ ਆ ਤੁਹਾਨੂੰ ਉਂਗਲ ਫੜਨ ਵਾਲਾ ਇੱਕ ਹੈ ਬੰਦਾ ਫਿਰ ਕੁੱਥੇ ਕਰੂ ਕੀ ਕਰੂਗੀ ਬਈ ਸਹੀ ਗੱਲ ਆ ਬਾਕੀ ਅੱਜ ਕੱਲ੍ਹ ਜੇ ਕੋਈ ਮਾੜਾ ਮੋਟਾ ਬੰਦਾ ਕਿਸੇ ਪ੍ਰੋਫੈਸ਼ਨ 'ਚ ਵੀ ਕਿਸੇ ਕੰਮ 'ਚ ਮਾੜਾ ਮੋਟਾ ਪਾਉਂਦਾ ਉਹ ਤਾਂ ਗੱਲਾਂ ਹੀ ਹੋਰ ਹੋ ਜਾਂਦੀਆਂ ਫਿਰ ਤੇ ਚਲੋ ਮਾਨ ਬਾਈ ਆਪਣਾ ਕੀਮਤੀ ਸਮਾਂ ਦੇਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਦੋਸਤੋ ਇਹ ਸੀ ਮਾਨ ਬਠਿੰਡੇ ਵਾਲੇ ਨਾਲ ਖਾਸ ਮੁਲਾਕਾਤ ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਅੱਗੇ ਸ਼ੇਅਰ ਜ਼ਰੂਰ ਕਰਿਓ ਅਤੇ ਹੋਰ ਵੀਡੀਓਜ਼ ਦੇਖਣ ਲਈ ਆਪਣਾ ਚੈਨਲ ਸਬਸਕ੍ਰਾਈਬ ਵੀ ਜ਼ਰੂਰ